ਤਰੋ ਕੀ ਹਾਲ ਚਾਲ ਆ ਤੁਹਾਡਾ? ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਅਤੇ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ। ਅਤੇ ਅੱਜ ਆਪਾਂ ਜਾਵਾਂਗੇ ਰਾਜੇਆਲ, ਕਿਉਂਕਿ ਰਾਜੇਆਲ ਕੁੱਤਿਆਂ ਦੀ ਦੌੜਾਂ ਨੇ, ਹੈ ਨਾ, ਕੁੱਤੇ ਹੁੰਦੇ ਨੇ ਜਿਵੇਂ ਪਾਲਤੂ ਕੁੱਤੇ, ਉਹਨਾਂ ਦੀ ਖੇਡਾਂ ਨੇ। ਅਤੇ ਰੈਡੀ ਸ਼ੈਡੀ ਆਪਾਂ ਹੋ ਗਏ ਹਾਂ, ਅਤੇ ਹੁਣ ਆਪਾਂ ਕੱਢਦੇ ਹਾਂ ਪਹਿਲਾਂ ਬੁਲਟ ਦਾ ਬਾਹਰ ਖੜ੍ਹਾ, ਅਤੇ ਆਹ ਖੜ੍ਹਾ ਆਪਣਾ ਬੁਲਟ। ਅਤੇ ਪਹਿਲਾਂ ਆਪਾਂ ਜਾਵਾਂਗੇ ਸਾਮੇ ਵੀਰੇ ਕੋਲ, ਅਤੇ ਸਾਮੇ ਵੀਰੇ ਨੂੰ ਬੁਲਾ ਕੇ ਲਿਆਉਂਦੇ ਹਾਂ, ਅਤੇ ਫਿਰ ਜਾਂਦੇ ਹਾਂ, ਕਿਉਂਕਿ ਸਾਮਾ ਵੀਰੇ ਉੱਤੇ ਕਬੂਤਰ ਫੜਦਾ, ਅਤੇ ਉੱਤੇ ਜਾਂਦੇ ਹਾਂ, ਫਿਰ ਆਪਾਂ ਚੱਲਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਕੀ ਕੁਝ ਬਣਦਾ ਅੱਗੇ। ਅਤੇ ਆਹ ਚਾਬੀ, ਅਤੇ ਆਹ ਖੜ੍ਹਾ ਆਪਣਾ ਬੁਲਟ, ਅਤੇ ਆਹ ਖੜ੍ਹਾ ਆਪਣਾ ਬੁਲਟ। ਅਤੇ ਹੁਣ ਇਹਨੂੰ ਕਰਦੇ ਹਾਂ ਸਟਾਰਟ, ਇਹ ਦਿਖਾਉਂਦੇ ਹਾਂ ਤੁਹਾਨੂੰ। ਪਹਿਲਾਂ ਤਾਂ ਲੋਕ ਖੋਲ ਲਈਏ, ਅਤੇ ਲੋਕ ਇਹਦਾ ਖੁੱਲ ਗਿਆ। ਅਤੇ ਜਿਹੜੇ ਮਤਲਬ ਹੈ ਨਾ ਕੱਲ੍ਹ ਆਪਣੇ ਤੋਂ ਜਿਹੜਾ ਗਿਰ ਗਿਆ ਸੀਗਾ ਇਹ, ਅਤੇ ਇਹ ਆਪਾਂ ਪਵਾ ਲਿਆ ਸੀਗਾ, ਮਤਲਬ 70 ਰੁਪਏ ਦਾ ਇਹ ਤੀ, ਅਤੇ 20 ਰੁਪਏ ਦੀ ਲੇਬਰ ਲੈ ਲਈ ਤੀ ਉਹਨਾਂ ਨੇ ਆਹ ਪਾਉਣ ਦੀ, ਮਤਲਬ ਪੂਰਾ ਘੈਂਟ ਕਰਤਾ ਸੀਗਾ ਕੰਮ, ਹੈ ਨਾ। ਅਤੇ ਆਪਾਂ ਹੁਣ ਆਹ ਸਟਿੱਕਰ ਲਿਖਾ ਕੇ ਇਹਦੇ ਕੁਝ ਹੋਰ ਲਿਖਾਵਾਂਗੇ, ਹੈ ਨਾ, ਜਾਂ ਫਿਰ ਹੁਣ ਮਤਲਬ ਆਹੀ ਚਾਬੀ ਨਾਲ ਖੁੱਲ੍ਹ ਜਾਂਦਾ ਇਹ, ਆਹੀ ਚਾਬੀ ਲੱਗ ਜਾਂਦੀ ਆ। ਆਹਦੇ ਖੁੱਲ੍ਹ ਗਿਆ, ਅਤੇ ਆਹ ਹੋ ਗਿਆ ਬੰਦ, ਅਤੇ ਮਤਲਬ ਆਹੀ ਚਾਬੀ ਨਾਲ ਖੁੱਲ੍ਹ ਜਾਂਦਾ, ਅਤੇ ਆਹੀ ਚਾਬੀ ਨਾਲ ਲੋਕ ਹੋ ਜਾਂਦਾ। ਅਤੇ ਗਿਰ ਗਿਆ ਸੀਗਾ ਮੇਰੇ ਤੋਂ ਇਹ, ਅਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਸਟਾਰਟ। ਅਤੇ ਇਹਦੇ ਹੁਣ ਆਪਾਂ 4 ਇੰਡੀਕੇਟਰ ਵੀ ਪਾਉਣੇ ਨੇ, ਕਮੈਂਟ ਇੱਧਰੋਂ ਚੌਕ ਲਾ ਲਈਏ, ਅਤੇ ਆਪਣੇ ਚੌਕ ਲੱਗ ਗਈ ਆ, ਅਤੇ ਇੱਧਰੋਂ ਹੁਣ ਆਪਾਂ ਚਲਾਉਂਦੇ ਹਾਂ, ਸਟਾਰਟ ਕਰਦੇ ਹਾਂ। ਅਤੇ ਚੌਕ ਕਰਤੀ ਆਪਾਂ ਬੰਦ, ਹਲੇ ਸਲੋਅ 'ਚ ਖੜਨ ਜੋਗਾ ਨਹੀਂ ਹੋਇਆ ਇਹ, ਠੰਡਾ ਹੈ ਕਿਉਂਕਿ, ਅਤੇ ਬਾਕੀ ਮਤਲਬ ਐਨ ਘੈਂਟ ਆ ਕੰਮ ਪੂਰਾ, ਹੈ ਨਾ। ਅਤੇ ਇਹਨੂੰ ਕਰਦੇ ਹਾਂ ਬੰਦ, ਅਤੇ ਪਹਿਲਾਂ ਦੇਖਦੇ ਹਾਂ ਵੀ ਸਾਮਾ ਵੀਰਾ ਹੈਗਾ ਉੱਤੇ। ਅਤੇ ਆਹ ਖੜੀ ਆਪਣੀ ਕਾਰ, ਅਤੇ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਉਂ ਖੜੀ ਹੁੰਦੀ ਆ ਰੋਜ਼, ਅਤੇ ਕਿਉਂਕਿ ਕੱਲ੍ਹ ਤਾਂ ਪਾਪਾ ਲੇਟ ਗਏ ਸੀ, ਅਤੇ ਅੱਜ ਹੈਗਾ ਐਤਵਾਰ, ਅਤੇ ਅੱਜ ਪਾਪਾ ਗਏ ਨੇ ਵਿਆਹ ਸਕਾਰਪੀਓ ਲੈ ਕੇ, ਹੈ ਨਾ, ਅਤੇ ਉਹਦੇ ਕਰਕੇ ਇਹ ਖੜੀ ਆ ਇੱਥੇ। ਅਤੇ ਆ ਵਿੱਚ ਉਹਦੇ ਪਿਆ ਮੇਰਾ ਟਰਾਈਪੋਡ ਅਤੇ ਮੇਰੀ ਲੋਈ, ਅਤੇ ਮਤਲਬ ਇੱਥੇ ਦੇਖਦੇ ਹਾਂ ਕਿੱਥੇ ਸਾਮਾ ਵੀਰਾ ਹੈਗਾ ਅੰਦਰ। ਦਰਵਾਜ਼ਾ ਇਹਨਾਂ ਦਾ ਲੋਕ ਆ, ਅਤੇ ਚੱਲ ਹੁਣ ਜਾ ਸਾਮਾ ਵੀਰਾ ਆਊਗਾ, ਹੈ ਨਾ, ਫੋਨ ਕੀਤਾ ਹੋਊਗਾ ਨਾ, 15-20 ਮਿੰਟ 'ਚ ਆ ਜਾਂਦੇ ਹਾਂ। ਅਤੇ ਆਪਾਂ ਨਵੇਂ ਬੂਟ ਲਏ ਸੀ ਕੱਲ੍ਹ, ਇਹ ਆਏ ਸੀਗੇ 1000 ਰੁਪਈਏ ਦੇ ਆਏ ਨੇ ਇਹ, ਮਤਲਬ ਜਿਵੇਂ ਉਹ ਨਹੀਂ ਹੁੰਦੇ ਵੀ ਬਹੁਤ ਹੜਕੇ ਬੂਟ ਨੇ ਇਹ, ਅਤੇ ਮਤਲਬ ਕੁਆਲਿਟੀ ਵਧੀਆ ਹੜਕੇ ਨੇ ਬੂਟ ਦੇ, ਨਾ ਮੇਰੇ ਸੋਫਟ ਬੂਟ ਨੇ ਇਹ, ਅਤੇ ਰਿਚਰ ਕੰਪਨੀ ਦੇ ਨੇ, ਜਿਹੜੇ ਆਪਣੇ ਉਹ ਸਪਾਈਕਸ, ਮਤਲਬ ਸਪਾਈਕਸ ਕਹਿਤਾ, ਜਿਹੜੇ ਉਹ ਪਤਾ ਹਿੱਲ ਕਲਿੰਬ ਲਈ ਨਾ ਯੂਜ ਕਰਦੇ ਨੇ, ਜਿਹੜੇ ਪਹਾੜੀਆਂ ਦੇ ਚੜ੍ਹਦੇ ਚੁੜਦੇ ਨੇ, ਉਹ ਕੁਆਲਿਟੀ ਦੇ ਬੂਟ ਨੇ ਇਹ, ਉਹ ਪਾਉਂਦੇ ਨੇ ਇਹਨੂੰ, ਅਤੇ ਤਾਂ ਮਹਿੰਗੇ ਆਏ ਨੇ ਇਹ। ਅਤੇ ਬਾਕੀ ਆਹ ਖੜ੍ਹਾ ਫਿਲਹਾਲ ਆਪਣਾ ਬੁਲਟ, ਅਤੇ ਇੱਧਰ ਮਤਲਬ ਹੁਣ ਆਪਾਂ ਇਹਤੇ ਟੇਪ ਕਰਾਵਾਂਗੇ, ਤੁਹਾਨੂੰ ਦਿਖਾਤਾ ਕਿੱਥੇ ਕਿੱਥੇ ਕਰਾਵਾਂਗੇ। ਇੱਕ ਤਾਂ ਆਪਾਂ ਇੱਥੇ ਟੇਪ ਕਰਾਵਾਂਗੇ ਪੂਰੀ, ਇਹ ਖਰਾਬ ਹੋਇਆ ਹੋਇਆ, ਇੱਕ ਆਹ ਟੇਪ ਕਰਾਵਾਂਗੇ 200 ਇਹਦਾ, 60-70 ਇਹਦੇ ਦੋਹਾਂ ਦੇ, ਅਤੇ ਮਤਲਬ ਟੋਟਲ 300 ਦਾ ਖਰਚਾ। ਅਤੇ ਇਹਦਾ ਕਰਾਵਾਂਗੇ ਆਪਾਂ ਨਿੰਮੇ ਵੀਰੇ ਤੋਂ, ਨਿੰਮੇ ਬੁਲਟ ਵਾਲੇ ਤੋਂ ਹੈਂਡਲ ਚੇਂਜ,
ਅਤੇ ਇੱਕ ਆਹ ਖੋਲ੍ਹ ਕੇ ਮਤਲਬ ਜਿਹੜੀ ਆ ਰਬੜ ਆ ਨਾ, ਇਹ ਰਬੜ ਕਾਫੀ ਦੇਰ ਖੜਨ ਕਰਕੇ, ਆਹ ਜਿਹੜੀ ਰਬੜ ਹੁੰਦੀ ਆ ਇਹ ਖੜਨ ਕਰਕੇ ਮੋਟਰਸਾਈਕਲ ਦੀ ਖਰਾਬ ਹੋ ਗਈ, ਇਹ ਰਬੜ ਪਵਾਵਾਂਗੇ। ਅਤੇ ਬਾਕੀ ਨਾ ਬਾਈ ਇਹ ਮੈਂ ਕੱਲ੍ਹ ਦੇਖੀ ਆ ਹੈ ਨਾ, ਅਤੇ ਕੱਲ੍ਹ ਕਾਫੀ ਦਿਨਾਂ ਬਾਅਦ ਦੇਖੀ ਆ ਇਹਦੀ। ਇੱਥੋਂ ਆਹ ਚਾਸੀ ਦੇਖ ਲਓ, ਆਹ ਚਾਸੀ ਟੁੱਟ ਗਈ ਇੱਥੋਂ, ਅਤੇ ਆਹ ਚਾਸੀ ਟੁੱਟ ਗਈ, ਇਹ ਪਤਾ ਨਹੀਂ ਕਿਵੇਂ ਟੁੱਟੀ ਆ। ਅਤੇ ਹੈ ਨਾ ਜਿਵੇਂ ਪਹਿਲਾਂ ਮੈਂ ਲਿਆ ਤੀ ਉਹ ਤੋਂ ਹੀ ਸ਼ਾਇਦ ਟੁੱਟੀ ਹੋਈ ਸੀ ਉਹਨਾਂ ਤੋਂ ਹੀ ਇਹ। ਅਤੇ ਜਿਵੇਂ ਇਹ ਟੁੱਟੀ ਆ, ਪਤਾ ਮੈਂ ਹੁਣ ਕਹਿੰਦਾ ਵੀ ਮਲਟ ਵੈਲਡਿੰਗ ਕਰਕੇ ਆਹ ਇੰਜਣ ਪਹਿਲਾਂ ਥੱਲੇ ਲਵਾ ਦੇਣਾ, ਉਹ ਤੋਂ ਨਿੰਮੇ ਵੀਰੇ ਨੇ ਥੱਲੇ ਲਾ ਕੇ ਇਹਦੇ ਮਿਡ ਵੈਲਡਿੰਗ ਕਰਾਂਗੇ। ਅਤੇ ਮਿਡ ਵੈਲਡਿੰਗ ਕਰਕੇ ਮਾੜਿਆ ਭੱਠੀ ਵਾਲਾ ਰੰਗ ਫਿਰਾ ਕੇ ਇਹਨੂੰ ਐਨ ਕਰਾਂਗੇ ਓਕੇ। ਅਤੇ ਬਾਕੀ ਆਪਣਾ ਡਿਸਕਵਰ ਖੜ੍ਹਾ ਅੰਦਰ, ਤੁਹਾਨੂੰ ਡਿਸਕਵਰ ਦਿਖਾਉਂਦੇ ਹਾਂ। ਅਤੇ ਆਹ ਖੜ੍ਹਾ ਆਪਣਾ ਡਿਸਕਵਰ, ਅਤੇ ਆਹ ਕੱਪੜੇ ਕੁੱਪੜੇ ਰੱਖੇ ਹੋਏ ਨੇ, ਅਤੇ ਆਹ ਦੇ ਸ਼ਾਈਨਿੰਗ ਆ ਰਹੀ ਆ। ਹੁਣ ਕੱਲ੍ਹ ਰਾਤ ਹਨੇਰਾ ਸੀਗਾ ਅਤੇ ਤਾਂ ਨਹੀਂ ਦੇਖਿਆ, ਹੁਣ ਦੇਖੋ ਕਿੰਨੀ ਸ਼ਾਈਨ ਆ ਰਹੀ ਆ, ਐਨ ਵਧੀਆ ਲੱਗ ਰਿਹਾ ਬਲੈਕ। ਅਤੇ ਮੇਰੀ ਸਲਾਹ ਬਣਦੀ ਆ ਵੀ ਆਪਾਂ ਇਹਨੂੰ ਰੰਗ ਨੂੰ ਲਾ ਕੇ ਗ੍ਰੇ ਕਰ ਦਈਏ, ਪਰ ਬਲੈਕ ਵਧੀਆ ਲੱਗ ਰਿਹਾ। ਅਤੇ ਕਮੈਂਟਾਂ ਜ਼ਰੂਰ ਦੱਸਿਓ ਵੀ ਵਧੀਆ ਲੱਗ ਰਿਹਾ ਕਿ ਨਹੀਂ। ਅਤੇ ਅੱਜ ਇਹ ਨਹੀਂ ਕੀਤਾ ਸਟਾਰਟ, ਅਤੇ ਆਹ ਆਪਾਂ ਹੈਲਾ ਦੇ ਹੋਰਨ ਲਵਾਏ ਸੀਗੇ, ਅਤੇ ਹੋਰਨਾਂ ਦੀ ਕੁਆਲਿਟੀ ਬਹੁਤ ਵਧੀਆ, ਤੁਹਾਨੂੰ ਚੈੱਕ ਕਰਾਉਂਦੇ ਆ ਉਹ ਚਾਬੀ ਲਾ ਕੇ। ਅਤੇ ਆਹ ਇਹਨਾਂ ਦੀ ਕੁਆਲਿਟੀ ਆ। ਅਤੇ ਜਿਹੜੇ ਕਰੈਟਾ 'ਚ ਹੋਰਨ ਹੁੰਦੇ ਨੇ ਉਹ ਹੋਰਨ ਨੇ, ਇਹ ਕਰੈਟਾ ਟਾਈਪ ਹੋਰਨ ਨੇ ਇਹ, ਅਤੇ ਲਾਊਡ ਹੋਰਨ ਨੇ। ਆਪਾਂ ਸ਼ਾਇਦ ਬੁਲਟ 'ਤੇ ਵੀ ਇਹ ਲਵਾਈਏ ਜਾਂ ਰੂਟਸ ਲਵਾਈਏ। ਅਤੇ ਹਾਲੇ ਤਾਂ ਇਹਦੇ ਆਪਾਂ ਮਤਲਬ ਛੋਟ ਬੋਟਲ ਸਲਾਸਰ, ਜਿਹਨੂੰ ਪਤਾ ਨਹੀਂ ਛੋਟਾ ਪੰਜਾਬ ਵੀ ਕਹਿ ਦਿੰਦੇ ਨੇ ਹੈ ਨਾ, ਅਤੇ ਉਹ ਔਡਰ ਕੀਤਾ ਛੋਟ ਬੋਟਲ ਸਲਾਸਰ ਔਡਰ ਕੀਤਾ ਹੋਇਆ, ਅਤੇ ਉਹ ਪਵਾਵਾਂਗੇ। ਅਤੇ ਆਹ ਜਿਹੜਾ ਦੂਜਾ ਸਲਾਸਰ ਇਹਦੀ ਲੁੱਕ ਦੇਖੋ ਬਾਈ, ਸ਼ਾਈਨਿੰਗ ਦੇਖੋ ਕਿੰਨੀ ਘੈਂਟ, ਐਨ ਪੂਰੀ ਘੈਂਟ ਸ਼ਾਈਨਿੰਗ ਆ। ਅਤੇ ਇਹਨੂੰ ਅੱਜ ਹੁਣ ਮਤਲਬ ਅੱਜ ਤਾਂ ਧੋਣਾ ਨਹੀਂ ਗਾ, ਇਹ ਕੱਲ੍ਹ ਤਾਂ ਸਕੂਲ ਜਾਣਾ, ਹਾਂ ਕੱਲ੍ਹ ਸਕੂਲ ਜਾਣਾ, ਅਤੇ ਜਿੱਦਣ ਛੁੱਟੀ ਹੋਈ ਹੁਣ ਫਿਰ ਧੋਵਾਂਗੇ। ਵੈਸੇ ਕਹਿ ਰਹੇ ਨੇ ਵੀ ਕੱਲ੍ਹ ਦੀ ਵੀ ਛੁੱਟੀ ਆ, ਅਤੇ ਉੱਥੇ ਸਾਨੂੰ ਦਿਖਾਉਂਦੇ ਆ ਵੀ ਕੱਲ੍ਹ ਦੀ ਛੁੱਟੀ ਹੈ ਕਿ ਨਹੀਂ। ਅਤੇ ਬਾਕੀ ਬਾਈ ਆਹ ਖੜਾ ਆਪਣਾ ਬੁਲਟ, ਲਿਆਉਂਦਾ ਸੀ ਨਾ ਇਹ ਮੇਰੇ ਤੋਂ ਗਿਰ ਗਿਆ ਸੀਗਾ ਇਹ, ਅਤੇ ਇਹਦਾ ਹੈ ਜਿਹੜਾ ਸੀਗਾ ਮਤਲਬ ਇਹ ਮੁੱਚ ਗਿਆ ਸੀ ਸਾਰਾ। ਅਤੇ ਮਤਲਬ ਮੈਂ ਕਿਹਾ ਵੀ ਇਹ ਠੀਕ ਹੈ, ਨਵਾਂ ਪਊਗਾ, ਨਵਾਂ ਕਿਤੋਂ ਮਿਲਦਾ ਨਹੀਂ ਸੀਗਾ ਇਹ। ਫਿਰ ਮੈਂ ਜਿਹੜਾ ਭੂਕਣਾ ਨਹੀਂ ਹੁੰਦਾ, ਭੂਕਣਾ ਪਾ ਕੇ ਇਹਨੂੰ ਸਿੱਧਾ ਕੀਤਾ ਸੀ, ਅਤੇ ਹੁਣ ਐਨ ਮਤਲਬ ਲੋਟ ਆ ਕੰਮ। ਅਤੇ ਇੱਧਰ ਆਪਣੀ ਐਮ ਹੋ ਗਿਆ, ਅਤੇ ਇੱਧਰ ਬਾਬਾ ਲਵਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਬਾਬਾ ਜੀ? ਵਧੀਆ ਜੀ, ਤੁਸੀਂ? ਹੋਰ ਠੀਕ ਹੋ ਤੁਸੀਂ? ਇਹ ਬਾਬਾ ਜੀ ਨੂੰ ਕੱਲ੍ਹ ਬੁਖਾਰ ਸੀਗਾ, ਅਤੇ ਹੁਣ ਠੀਕ ਨੇ ਇਹ। ਅਤੇ ਹੁਣ ਬਾਬਾ ਜੀ ਲਵਪ੍ਰੀਤ ਗਏ ਨੇ, ਉਹਨਾਂ ਦਾ ਰੀਚਾਰਜ ਖਤਮ ਹੋ ਗਿਆ ਸੀ, ਅਤੇ ਉਹ ਜਾਣ ਗਏ ਨੇ। ਕੰਪਿਊਟਰ ਇਸ ਰੱਖਣੀ ਪੈਣੀ ਆ ਮਾੜੀ ਜੀ। ਅਤੇ ਐਨ ਮਤਲਬ ਹੈ ਨਾ ਇਹਨੂੰ ਸਾਫ਼ ਕਰਨ ਵਾਲਾ ਹੋਇਆ, ਆਪਾਂ ਇਹਨੂੰ ਸਾਫ਼ ਚੁੰਨੀ ਲੈ ਕੇ ਆਉਂਦੇ ਹਾਂ, ਫਿਰ ਇਹਨੂੰ ਕਰਦੇ ਹਾਂ ਸਾਫ਼। ਅਤੇ ਆਪਣੇ ਸਾਮਾ ਵੀਰ ਪਤਾ ਨਹੀਂ ਕਦ ਆਊਗਾ, ਅਤੇ ਦੇਖਦੇ ਹਾਂ ਵੀ ਸਾਮਾ ਵੀਰ ਆਉਂਦਾ ਕਿ ਨਹੀਂ ਆਉਂਦਾ। ਇਹਨੂੰ ਕਰਦੇ ਹਾਂ ਪਹਿਲਾਂ ਬੰਦ, ਇੱਧਰੋਂ ਕਰਤਾ ਸੀ ਬੰਦ, ਅਤੇ ਹੁਣ ਮੇਰੇ ਮੋਬਾਈਲ 'ਚ ਮਤਲਬ ਪੈਸੇ ਵੀ ਮੁੱਕ ਗਏ, ਉਹਦਾ ਮੈਂ ਵਾਈਫਾਈ 'ਤੇ ਅਪਲੋਡ ਕਰ ਰਿਹਾ ਵੀਡੀਓ, ਹੁਣ ਪੈਸੇ ਜੇ ਆਉਣੇ ਨੇ ਉਹਦੇ। ਹੁਣ ਆਪਾਂ ਮਤਲਬ ਕਾਰ ਕਰਦੇ ਹਾਂ ਅੱਗੇ, ਅਤੇ ਪਹਿਲਾਂ ਖੋਲ੍ਹਦੇ ਇਹਨੂੰ। ਅਤੇ ਕਾਰ ਖੋਲ੍ਹ ਲਈ ਆਪਾਂ, ਉਹ ਕਰਦੇ ਹਾਂ ਅੱਗੇ। ਉੱਧਰ
ਥੋੜ੍ਹੀ ਅਤੇ ਗੇਅਰ 'ਚ ਖੜੀ ਹੈ, ਇਹਨੂੰ ਪਹਿਲਾਂ ਕੱਢਦੇ ਹਾਂ ਅਤੇ ਮਾਰਦੇ ਹਾਂ ਹੁਣ ਸੈਲਫ, ਅਤੇ ਹੋ ਗਈ ਆ ਮਿੱਤਰੋਂ ਸਟਾਰਟ ਕਾਰ ਆਪਣੀ। ਅਤੇ ਕਿੰਨੀ ਚੱਲ ਗਈ ਇਹ, 6, 9, 3, 1, 8, ਅਤੇ ਮਤਲਬ ਆਹ ਪਤਾ ਨਹੀਂ ਯਾਰ, ਅਸੀਂ ਸਰਵਿਸ ਸਟੇਸ਼ਨ 'ਤੇ ਧਵਾਈ ਸੀ ਇਹ ਮਤਲਬ, ਹੈ ਨਾ, ਅਤੇ ਆਹ ਕਿਸੇ ਨੇ ਪਾਲਿਸ਼ ਮਾਰਤੀ ਤੀ, ਆਹ ਖਰਾਬ ਹੋ ਗਿਆ। ਹੁਣ ਮੈਂ ਹੁਣ ਮਤਲਬ ਦਿੱਲੀ ਜਾਵਾਂਗੇ, ਹੈ ਨਾ, ਅਸੀਂ ਦਿੱਲੀ ਕਰੋਲ ਬਾਗ 'ਚੋਂ ਉਹਦਾ ਪਤਾ ਲੈ ਕੇ ਆਵਾਂਗੇ, ਅਤੇ ਮਤਲਬ ਹੈ ਨਾ ਇਹਨੂੰ ਇਹ ਬੇਸ ਮਾਡਲ ਦਾ ਇਹ ਬੇਸ ਟੂ ਟੋਪ ਕਰਾਂਗੇ, ਅਲਾਈ ਵੀਲ ਪਵਾਵਾਂਗੇ ਅਤੇ ਬਲੋਗ ਆਊਗਾ ਉਹਦਾ ਵੀ। ਛੁੱਟੀਆਂ ਹੀ ਜਾਵਾਂਗੇ ਅਤੇ ਉਹ ਮਤਲਬ ਆਪਣੇ ਇੱਧਰ ਮਤਲਬ ਸਾਮਾ ਵੀਰ ਵੀ ਆ ਗਿਆ, ਇਹ ਆ ਆਉਂਦਾ ਚੋਬਰ ਆ ਦੇ ਕਮੈਂਟ ਆ ਦੇ ਆਹ ਆ ਰਿਹਾ, 10x ਦਾ ਜੂਮ ਲਾ ਕੇ ਆਪਾਂ ਦੇਖਦੇ ਹਾਂ ਇਹਨੂੰ, ਅਤੇ ਆਹ ਇੱਧਰ ਚੋਬਰ ਆ ਗਿਆ, ਕਿਵੇਂ ਆਉਂਦਾ ਹੁਣ ਆਪਾਂ ਇਹਦੇ ਨਾਲ ਜਾਵਾਂਗੇ ਮਤਲਬ, ਇੱਕ ਮਿੰਟ ਇਹਨੂੰ ਕਰ ਦਈਏ ਅਤੇ ਆਹ ਆ ਗਿਆ, ਇਹਨੂੰ ਪੁੱਛਦੇ ਆ ਮਿੱਤਰਾ ਤੂੰ ਮੈਨੂੰ ਕਹਿ ਕੇ ਬਾਬੇ ਚੱਲ ਚੱਲ ਬੱਚਾ ਫੜ ਲਿਆ ਆਪਾਂ ਬੱਚਾ ਫੜ ਚੱਲਦੇ ਆ, ਹੁਣ ਆਪਾਂ ਚੱਲਦੇ ਆ ਤੇ ਆ ਵੀਰ ਆਪਣਾ ਜਾਊਗਾ ਨਾਲ, ਤੇ ਪਹਿਲਾਂ ਆਪਾਂ ਗੱਡੀ ਕਰਦੇ ਆ ਅੱਗੇ ਤੇ ਫਿਰ ਹਨਾ ਜਾਂਦੇ ਆ, ਤੇ ਹੁਣ ਤੁਹਾਨੂੰ ਗੱਡੀ ਅੱਗੇ ਕਰਦੇ। ਗੱਡੀ 'ਚ ਪਹਿਲਾਂ ਗੇਅਰ ਪਾ ਲਿਆ ਤੇ ਆ ਹੈਂਡ ਬ੍ਰੇਕ ਪਹਿਲਾਂ ਦੀ ਚੱਕ ਦਿੰਦੇ ਆ, ਇਹਨੂੰ ਨਿਊਟਰਲ ਕਰਦੇ ਆ ਤੇ ਮਤਲਬ ਜਦ ਆਪੇ ਦੀ ਹੈਂਡ ਬ੍ਰੇਕ ਹਨਾ ਥੱਲੇ ਕਰਨੀ ਆ, ਪਹਿਲਾਂ ਬ੍ਰੇਕ 'ਤੇ ਪੈਰ ਰੱਖਣਾ, ਇੱਧਰ ਬ੍ਰੇਕ 'ਤੇ ਪੈਰ ਰੱਖ ਲਿਆ, ਇੱਧਰ ਕਲੱਚ ਦੱਬ ਕੇ ਪਹਿਲਾਂ ਗੇਅਰ ਪਾ ਦੇਣਾ, ਅਤੇ ਹੌਲੀ ਹੌਲੀ ਆਪਾਂ ਕਲੱਚ ਦਬ ਛੱਡ ਦਬ ਛੱਡਣਾ ਹੌਲੀ ਹੌਲੀ, ਅਤੇ ਆਹ ਦੇਖ ਸਕਦੇ ਹੋ ਤਾਂ ਗੱਡੀ ਤੁਰ ਪਈ ਆ, ਅਤੇ ਇੱਧਰ ਮਤਲਬ ਹੈ ਨਾ ਹੌਲੀ ਹੌਲੀ ਛੱਡਣਾ, ਅਤੇ ਮਤਲਬ ਇਹ 'ਤੇ ਵੀ ਪੈਰ ਰੱਖਣਾ, ਅਤੇ ਹੁਣ ਆਪਾਂ ਇਹਦਾ ਪਾਵਾਂਗੇ ਰਿਵਰਸ ਪਾ ਲਿਆ, ਅਤੇ ਮਤਲਬ ਹੌਲੀ ਹੌਲੀ ਰਿਵਰਸ ਕਰਾਂਗੇ ਸ਼ੀਸ਼ੇ 'ਚ ਦੇਖ ਕੇ, ਅਤੇ ਆਹ ਮਤਲਬ ਦੇਖ ਕੇ ਕਰਾਂਗੇ ਰਿਵਰਸ, ਅਤੇ ਨੋ ਸਿਗਨਲ ਆਈ ਜਾਂਦਾ ਕੈਮਰੇ 'ਚ, ਅਤੇ ਮੰਮੀ ਕਹਿੰਦੀ ਕਹਿੰਦੀ ਕਿੱਥੇ ਲੈ ਗਿਆ ਗੱਡੀ, ਘਰ ਨੂੰ ਬਹਿ ਕੇ ਹਾਤੀ, ਇੱਧਰ ਨੂੰ ਕੱਢਦਾ ਅਤੇ ਆ ਪਾ ਲਿਆ ਪਹਿਲਾਂ, ਇੱਧਰ ਨੂੰ ਕੱਢਦੇ ਹਾਂ ਗੱਡੀ ਮਾੜੀ ਜੀ, ਅਤੇ ਬਸ ਹੁਣ ਇੱਥੇ ਖੜਾਉਣੀ ਹੈ ਗੱਡੀ, ਅਤੇ ਇੱਥੇ ਹੀ ਖੜਾਉਣੀ ਹੈ, ਅਤੇ ਇਹਨੂੰ ਕਰਦੇ ਹਾਂ, ਅਤੇ ਆਪਾਂ ਹੈਂਡ ਬ੍ਰੇਕ ਕਰਤੀ ਚਾ, ਅਤੇ ਇਹਨੂੰ ਕਰਦੇ ਹਾਂ ਬੰਦ, ਅਤੇ ਸ਼ੀਸ਼ਾ ਚਾੜਦੇ ਹਾਂ ਉੱਤੇ, ਅਤੇ ਇਹਨੂੰ ਕਰ ਅਤੇ ਬੰਦ ਆਪਾਂ ਕਰਤੀ ਆ, ਨਿਕਲਦੇ ਹਾਂ ਬਾਹਰ। ਗੱਡੀ ਹੋ ਗਈ ਆਪਣੀ ਪਿੱਛੇ, ਅਤੇ ਲਾਤੀ ਆਪਾਂ ਪਿੱਛੇ ਲਾਤੀ ਆ, ਅਤੇ ਹੁਣ ਮੰਮੀ ਨੂੰ ਫੜਾਉਣੇ ਆ ਚਾਬੀ, ਅਤੇ ਫਿਰ ਆਪਾਂ ਚੱਲਦੇ ਹਾਂ, ਅਤੇ ਪਹਿਲਾਂ ਮੰਮੀ ਨੂੰ ਚਾਬੀ ਫੜਾ ਦਈਏ। ਆ ਰੱਖਤੀ ਚਾਬੀ, ਅਤੇ ਬੁਲਟ ਦੀ ਚਾਬੀ ਆਪਣੇ ਕੋਲੇ ਆ, ਅਤੇ ਹੁਣ ਆਪਾਂ ਬੁਲਟ 'ਤੇ ਜਾਵਾਂਗੇ, ਪਹਿਲਾਂ ਆਪਾਂ ਸਾਮੀ ਵੀਰ ਨੂੰ ਦੇਖ ਲਈਏ ਵੀ ਇਹਨੇ ਜਾਣਾ, ਅਤੇ ਹੁਣ ਆਪਾਂ ਗੱਡੀ ਸਿੱਧੀ ਲਈ ਆ, ਪਹਿਲਾਂ ਟੇਢੀ ਖੜੀ ਤੀ ਇਹ, ਅਤੇ ਸਿੱਧੀ ਲਾਈ ਹੈ ਇਹ,
ਇੱਧਰ ਸਾਵੇਂ ਵੀਰ ਨੂੰ ਦੇਖਦੇ ਹਾਂ। ਅਤੇ ਇਹਨੂੰ ਕਰਦੇ ਹਾਂ ਬੰਦ। ਅਤੇ ਸਾਮਾ ਵੀਰਾ ਉੱਤੇ ਆ, ਸਾਵੇਂ ਵੀਰੇ ਉੱਤੇ ਆ, ਚੱਲਦੇ ਆ ਉੱਤੇ ਤੇ। ਅਤੇ ਉੱਤੇ ਆ, ਉੱਤੇ ਆਪਾਂ ਚੱਲਦੇ ਹਾਂ। ਚੱਲ ਉੱਤੇ ਨਹੀਂ ਜਾਣਾ, ਉੱਤੇ ਤਾਂ ਹੈ ਨਹੀਂ ਸਾਮੇ ਵੀਰੇ, ਅਤੇ ਉੱਤੇ ਹੈ ਨਹੀਂ, ਅਤੇ ਆ ਕਬੂਤਰ ਨੇ ਵੀਰ ਦੇ। ਅਤੇ ਇੱਧਰ ਆਪਣੇ 5 ਕਿਲੋ ਚੌਲ, ਥੈਂਕ ਯੂ ਬਰੋ, ਹਾਂ ਥੈਂਕ ਯੂ। ਅਤੇ ਇੱਧਰ ਸਾਮਾ ਵੀਰਾ, ਅਤੇ ਹੁਣ ਅਸੀਂ ਚੱਲੇ ਹਾਂ ਮਤਲਬ ਘੋੜੇ ਕੁੱਤਿਆਂ ਦੀ, ਘੋੜਿਆਂ ਦੀ ਕਹਿੰਦਾ ਕੁੱਤਿਆਂ ਦੀ ਦੌੜਾ ਦੇਖਣ, ਹੈ ਨਾ। ਕੁੱਤੇ ਭਜਾਉਣੇ ਨੇ, ਅਤੇ ਪਹਿਲਾ ਇਨਾਮ ਥਾਰ ਆ, ਅਤੇ ਦੂਜਾ ਪਲਟੀਨਾ, ਫਿਰ ਤੀਜਾ 300, ਅਤੇ ਇੱਕ ਫੇਰ 300। ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਵੀ ਕੌਣ ਜਿੱਤਦਾ ਕੌਣ ਹਾਰਦਾ। ਅਤੇ ਉਹ ਖੜੀ ਆਪਣਾ, ਆਹ ਖੜੀ ਆਪਣੀ ਕਾਰ, ਅਤੇ ਉਹ ਖੜਾ ਆਪਣਾ ਬੁਲਟ। ਅਤੇ ਇਹਨੂੰ ਕਰਦੇ ਹਾਂ ਗਰਮ, ਮਤਲਬ ਹੈ ਨਾ ਠੰਡੀ ਹਵਾ ਚੱਲਦੀ ਆ, ਅਤੇ ਮਤਲਬ ਹੈ ਨਾ ਘੈਂਟਾ ਕੰਮ। ਅਤੇ ਇੱਧਰ ਸਾਰਾ ਮਤਲਬ ਆਹ ਸਾਡੇ ਪਿੰਡ ਦਾ ਵਿਊ ਆ, ਐਨ ਸਾਰਾ ਘੈਂਟ। ਅਤੇ ਪਤੰਗ ਚੜ੍ਹਾਉਣ ਇੱਥੇ ਆਵਾਂਗੇ ਆਪਾਂ, ਹੈ ਨਾ। ਮੇਰੀ ਸਲਾਹ ਬਣਦੀ ਵੀ ਪਤੰਗ ਪਤੁੰਗ ਰਹਿਣ ਦੀ, ਉਹੀ 500-1000 ਰੁਪਈਆ ਲੈ ਲਈ ਘਰਦਿਆਂ ਤੋਂ, ਬੁਲਟ 'ਤੇ ਖਰਚ ਕਰ ਦਈਏ, ਕਿਉਂਕਿ ਖਰਚਾ ਕਰਨਾ ਚਾਹੀਦਾ। ਅਤੇ ਮਤਲਬ ਹੈ ਨਾ, ਮਤਲਬ ਬਾਈ ਮੈਂ ਟੈਂਕੀ ਟੂੰਕੀ ਸਾਫ਼ ਕਰਾਉਣ ਨੂੰ ਕੱਲ੍ਹ ਫੋਨ ਲਾਇਆ ਵੀ ਟੈਂਕੀ ਸਾਫ਼ ਕਰਨੀ ਆ, ਅਤੇ ਉਹ ਆਇਆ ਹੀ ਨਹੀਂ ਹਾਲੇ ਤੱਕ। ਅਤੇ ਇੱਧਰ ਮਤਲਬ, ਇੱਧਰ ਮਤਲਬ ਆਪਣੇ ਸਲੀਮ ਬਾਈ ਜੀ ਵੀ ਪਹੁੰਚ ਚੁੱਕੇ ਨੇ, ਸਲੀਮ ਬਾਈ ਜੀ, ਅਤੇ ਇਹ ਵੀ ਸ਼ਾਇਦ ਜਾਵੇ ਨਾਲ, ਹੈ ਨਾ। ਮੈਨੂੰ ਲੱਗਦਾ ਵੀ ਬੁਲਟ ਦੇ ਪਿੱਛੇ ਇਹਨੇ ਰੇੜਾ ਹੀ ਪਾਉਣਾ ਪੈਣਾ, ਵੀ ਜਿਹੜੇ ਹਿਸਾਬ ਨਾਲ ਬੰਦੇ ਇਕੱਠੇ ਹੋਈ ਜਾਂਦੇ ਨੇ, ਅਤੇ ਵੀ ਬੁਲਟ ਦੇ ਪਿੱਛੇ ਰੇੜਾ ਹੀ ਪਾਉਣਾ ਪੈਣਾ। ਅਤੇ ਇੱਧਰ ਆਪਣਾ ਆਹ ਘਰ, ਅਤੇ ਆਹ ਆਪਣਾ ਘਰ ਆ, ਅਤੇ ਆਹ ਆਪਣੇ ਕੇਸਰੀ ਝੰਡਾ ਲਾਇਆ ਹੋਇਆ ਘਰ ਦੇ ਉੱਤੇ, ਹੈ ਨਾ। ਅਤੇ ਮੈਂ ਹਰ ਸਾਲ ਲਾ ਦਿੰਦਾ, ਪਿਛਲੇ ਸਾਲ ਵੀ ਲੱਗਿਆ ਹੋਇਆ ਸੀਗਾ ਇਹ, ਅਤੇ ਲਾ ਕੇ ਲਾ ਦਈਦਾ ਆਪਾਂ। ਅਤੇ ਇੱਧਰ, ਅਤੇ ਇੱਧਰ ਮਤਲਬ ਰਾਜੂ ਅੰਕਲ ਸਾਡਾ ਪ੍ਰੈਸ ਵਾਲਾ, ਅਤੇ ਇੱਧਰ ਆਪਣੇ ਬਾਈ ਜੀ ਆ ਗਏ, ਅਤੇ ਇਹਨਾਂ ਮਿਲਦੇ ਆ। ਅਤੇ ਕਿਵੇਂ ਜੱਟ, ਘੈਂਟਾ ਘੈਂਟਾ, ਅਤੇ ਇਹ ਬੰਦਾ ਮਤਲਬ ਘੈਂਟਾ, ਇਹ ਬੱਬੂਆਂ ਦਾ ਫੈਨ ਆ, ਬੱਬੂਆਂ ਦਾ ਫੈਨ ਆ, ਸ਼ੌਂਕ ਆ ਇਹਦਾ, ਹੈ ਨਾ। ਤੇ ਤੂੰ ਜਾਣਾ ਉੱਥੇ ਰਾਜੇ ਵਾਲ, ਰਾਜੇ ਵਾਲ ਜਾਣਾ, ਤੇ ਤੇ ਮੈਂ ਤਾਂ ਹੀ, ਮੈਨੂੰ ਨਾ ਸਾਮਾ ਕਹਿੰਦਾ, ਕਹਿੰਦਾ ਸਵੇਰੇ ਕਹਿੰਦਾ ਤੂੰ ਤਿਆਰ ਹੋ ਜਾ, ਮੈਂ ਤਿਆਰ ਹੋਇਆ ਹੋਇਆ, ਮੈਨੂੰ 3 ਘੰਟੇ ਹੋ ਗਏ ਤਿਆਰ ਹੋਏ ਨੂੰ। ਅਤੇ ਵੀ ਮੈਂ ਕਿਹਾ ਬੁਲਟ 'ਤੇ ਚੱਲਾਂਗੇ ਹੁਣ ਆਪਾਂ, ਬੁਲਟ 'ਤੇ ਜਾਵਾਂਗੇ, 2 ਮੋਟਰਸਾਈਕਲ ਲੈ ਕੇ ਜਾਵਾਂਗੇ, ਇੱਕ ਬੁਲਟ 'ਤੇ ਇੱਕ ਬਲਟੀਨਾ, ਅਤੇ ਬੁਲਟ 'ਤੇ ਹੈ ਨਾ ਤੁਹਾਨੂੰ ਦਿਖਾਉਂਦੇ ਹਾਂ ਕੀ ਕੁਛ ਬਣਦਾ। ਅਤੇ ਆਪਣੀ ਨੂਰ, ਅਤੇ ਬਸ 2-3 ਮਿੰਟਾਂ ਤੱਕ ਆਪਾਂ ਹੁਣ ਚੱਲਦੇ ਹਾਂ ਉੱਥੇ, ਅਤੇ ਉੱਥੇ ਜਾ ਕੇ, ਹੈ ਨਾ। ਅਤੇ ਇੱਧਰ ਕਾਫੀ ਗਾਹ, ਅੱਛਾ, ਅਤੇ ਇੱਧਰ ਕਾਫੀ ਗਾਹ ਪੈ ਰਿਹਾ, ਅਤੇ ਮਤਲਬ
ਸਾਮੇ ਵੀਰੇ ਤੋਂ ਆਪਾਂ ਇੱਕ ਗੱਲ ਪੁੱਛਣੀ ਆ ਵੀ ਕਬੂਤਰ ਦੀ ਆਈਡੈਂਟੀ ਮੇਲ ਐਂਡ ਫੀਮੇਲ ਕਿਵੇਂ ਹੁੰਦੀ ਆ, ਉਹ ਸਾਮੇ ਵੀਰੇ ਆਪਾਂ ਨੂੰ ਦੱਸੂਗਾ ਵੀ ਕਬੂਤਰ ਕਿਵੇਂ ਪਛਾਣਿਆ ਜਾਂਦਾ ਵੀ ਮੇਲ ਆ ਕਿ ਫੀਮੇਲ ਆ। ਇਹ ਅਗਲੇ ਵਲੋਗ 'ਚ ਦੱਸੂਗਾ ਅਤੇ ਮਤਲਬ ਇਹਨੂੰ ਇੱਕ ਥਾਰ ਆ, ਇੱਕ ਸਿਟੀ ਸਟੈਂਡਰਡ ਆ, ਦੋ ਬਾਈ ਐਚ ਐਫ ਡੀਲੈਕਸ ਨੇ ਤੇ ਇੱਕ ਪਹਿਲਾ ਨਾਮ ਥਾਰ ਆ ਲੱਡੀ ਜੀ ਤੇ ਬਾਈ ਅੱਜ ਜਾਂਦੇ ਆ ਤੇ ਦੱਸਦੇ ਆ ਠੀਕ ਆ ਆਪਣਾ ਕੁੱਤਾ ਛੱਡਣਾ ਆਪਾਂ ਅੱਜ ਤੇ ਮਤਲਬ ਮੈਂ ਕਿਹਾ ਵੀ ਚੱਲ ਆਪਾਂ ਨੂਰ ਨੂੰ ਲੈ ਜਾਂਦੇ ਹਾਂ, ਨੂਰ ਨੇ ਤਾਂ ਭੱਜਣਾ ਹੀ ਆ। ਨੂਰ ਉਰੇ ਆ ਜਾ, ਇਹਨੂੰ ਅਗਲੀ ਦੌੜ 'ਚ ਭਜਾਵਾਂਗੇ, ਇਹਨੂੰ ਟ੍ਰੇਨ ਕਰਨਾ ਹਾਲੇ ਆਪਾਂ ਅਤੇ ਕੀ ਪਤਾ ਇਹ ਥਾਰ ਜਿੱਤ ਲਿਆ ਆਵੇ ਹੈ ਨਾ, ਅਤੇ ਮਤਲਬ ਹੈ ਨਾ ਰੱਬ ਦੇ ਰੰਗ ਕਰਤਾਰਦੇ ਹੁੰਦੇ ਨੇ ਅਤੇ ਮਤਲਬ ਹੁਣ ਆਪਾਂ ਬਸ ਜਾਵਾਂਗੇ ਅਤੇ ਦੋ ਮੋਟਰਸਾਈਕਲ ਲੈ ਕੇ ਜਾਵਾਂਗੇ, ਇੱਕ ਤਾਂ ਲੈ ਕੇ ਜਾਵਾਂਗੇ ਪਲਟੀਨਾ ਅਤੇ ਇੱਕ ਜਾਵਾਂਗੇ ਲੈ ਕੇ ਬੁਲਟ, ਅਤੇ ਬੁਲਟ 'ਚ ਆਪਣੇ ਜੇ ਤੇਲ ਹੈਗਾ 500 ਰੁਪਏ ਦਾ ਪਵਾ ਲਿਆ ਸੀਗਾ ਉਹਨ 'ਚ ਖੜਾ, ਅਤੇ ਜੇ 2024 ਨਵੇਂ ਨੇ ਜਿਹੜੇ ਇਹ ਮਤਲਬ ਬਾਜੀ ਛੱਡਣੇ ਨੇ ਸਾਡੇ ਪਿੰਡ। ਬਾਜੀ ਕਿੱਦਣ ਕਰਾਉਣੀ ਆ ਆਪਾਂ ਹੁਣ ਅਤੇ ਗਰਮੀਆਂ ਜੀ 'ਚ ਬਾਜੀ ਬਣਾਉਣੇ ਛੱਡਦੇ ਹੁੰਦੇ ਅਸੀਂ ਅਤੇ ਉਹ ਕੋਠੇ 'ਤੇ ਜਿਹੜਾ ਸਾਹਮਣੇ ਘਰ ਨਹੀਂ ਦੇ ਉਹ ਪਿੱਛੇ ਵਾਲਾ ਇੱਥੇ ਸਾਰੇ ਖੜ੍ਹੇ ਹੁੰਦੇ ਆ ਹੈ ਨਾ ਜਦ ਬਾਜੀ ਹੁੰਦੀ ਆ ਅਤੇ ਆਹ ਕਬੂਤਰ ਨੇ ਸਾਰੇ ਅਤੇ ਆਹ ਸੋਹਣਾ ਲੱਗ ਰਿਹਾ ਮੈਨੂੰ ਆਹ ਵਾਲਾ ਅਤੇ ਆਹ ਜਿਹੜਾ ਨੀ ਗੁਲਾਬੀ ਜਿਹਾ ਹੈ ਨਾ ਇਹ ਪਤਾ ਨਹੀਂ ਕਬੂਤਰ ਹੈ ਕਿ ਕਬੂਤਰੀ, ਬਸ ਇਹ ਮੈਨੂੰ ਸੋਹਣਾ ਲੱਗ ਰਿਹਾ ਅਤੇ ਹੈ ਨਾ ਮਤਲਬ ਵੀਰ ਜੀ ਹੋਣੀ ਪਾਉਣਗੇ ਇਹਨੂੰ ਦਾਣਾ। ਇਹ ਕੰਚ ਵੀ ਖਾਂਦੇ ਨੇ, ਮੁਰਗੇ ਖਾਂਦੇ ਨੀ ਕੰਚ ਨਾ, ਮੁਰਗੇ ਰੱਖਣ ਦੀ ਯਾਦ ਅਤੇ ਉਹ ਚੱਲੇ ਪਤੰਗ ਲੈਣ ਅਤੇ ਹੁਣ ਅਤੇ ਬਸ ਹੁਣ ਵੀਰਾ ਕੱਪੜੇ ਕੁੱਪੜੇ ਚੇਂਜ ਕਰ ਲਵੇ ਅਤੇ ਕੱਪੜੇ ਚੇਂਜ ਕਰ ਲਵੇ ਵੀਰਾ ਅਤੇ ਮਤਲਬ ਇਹਨਾਂ ਨੇ ਪਤੰਗ ਲਿਆਂਦੇ ਪਤੰਗ ਲਿਆਉਂਦੇ ਨੀ ਨਾਲੇ ਤਾਂ ਪਤੰਗ ਲੈਣ ਗਏ ਤੀ। ਅੱਛਾ ਬਾਅਦ ਚੋਂ ਜਾਊਗੇ। ਅੱਛਾ ਅਤੇ ਵੀਰਾਂ ਦੇ ਖਰਗੋਸ਼ ਵੀ ਰੱਖੇ ਹੋਏ ਸੀਗੇ, ਇਹ ਖਰਗੋਸ਼ ਤਾਂ ਹੈ ਨਹੀਂ ਪਤਾ ਨਹੀਂ ਕਿੱਥੇ ਨੇ ਅਤੇ ਹੁਣ ਹੁਣ ਇਹਦਾ ਵਿਆਹ ਮਤਲਬ ਆਪਾਂ ਵਿਆਹ ਦਿਖਾਵਾਂਗੇ ਤੁਹਾਨੂੰ ਬਲੌਗ 'ਚ, ਸਾਮੇ ਵੀਰ ਦਾ ਵਿਆਹ ਹੈ, ਲਾਈਵ ਦਿਖਾਵਾਂਗੇ ਵਿਆਹ ਇਹਦਾ ਬਲੌਗ ਰਾਹੀਂ ਆਪਾਂ ਲਾਈਵ ਹੋ ਜਾਣਾ। ਅਤੇ ਇੱਧਰ ਪਤੰਗ ਲੈ ਕੇ ਚੱਲੇ ਨੇ ਹੁਣ ਅਤੇ ਆਹ ਮਤਲਬ ਐਨ ਗੱਡੀ ਧੋਤੀ ਸੀਗੀ ਅਤੇ ਆਹ ਕਿੰਨੀ ਘੈਂਟ ਲੱਗ ਰਿਹਾ ਓਜਲਾ ਟਰਾਂਸਪੋਰਟੀ ਵੀ ਅਤੇ ਓਜਲਾ ਅਤੇ ਮਤਲਬ ਹੈ ਨਾ ਸਾਨੂੰ ਦਿਖਾਉਂਦੇ ਹਾਂ। ਹਾਂਜੀ ਅਤੇ ਹਾਂਜੀ ਹੁਣ ਆਪਾਂ ਚੱਲਦੇ ਹਾਂ ਅਤੇ ਬੁਲਟ ਹੈ ਨਾ ਆਪਣਾ ਆਉਂਦਾ ਵੀਰ ਇੱਧਰੋਂ ਅਤੇ ਬੁਲਟ ਤਾਂ ਉਹਨੇ ਕਰ ਲਿਆ ਸੀ ਅਤੇ ਹੁਣ ਬੁਲਟ ਦੀ ਮਾਰਦੇ ਆ ਕਿੱਕ ਅਤੇ ਆਹ ਦੇ ਜਦ ਨਾ ਇਹਦੀ ਸੂਈ ਹੈ ਨਾ ਮਤਲਬ ਹੋਰਨ ਦਾ ਵਧਿਆ ਨੈਗਟਿਵ 'ਚ ਜਾਂਦੀ ਆ ਅਤੇ ਨੈਗਟਿਵ 'ਚ ਮੋਟਰਸਾਈਕਲ ਔਖਾ ਸਟਾਰਟ ਹੁੰਦਾ, ਆਹ ਦੇਖਿਓ ਔਖਾ ਸਟਾਰਟ ਹੋ ਰਿਹਾ, ਜਦ ਪੋਜ਼ਟਿਵ 'ਚ ਜਾਊਗੀ ਜਦ ਸਟਾਰਟ ਹੋ ਗਿਆ ਨੈਗਟਿਵ 'ਚ ਮੋਟਰਸਾਈਕਲ ਸਟਾਰਟ ਨਹੀਂ ਹੁੰਦਾ ਅਤੇ ਪੋਜ਼ਟਿਵ 'ਚ ਹੋ ਜਾਂਦਾ ਹਲੇ ਮਤਲਬ ਇਹ 'ਚ ਮਤਲਬ ਹਲੇ ਗਰਮ ਜਿਹਾ ਨਹੀਂ ਹੋਇਆ, ਕਰਦੇ ਹਾਂ ਗਰਮ ਅਤੇ ਆਹ ਜਦ ਰੇਸ ਦਿੰਦੇ ਹਾਂ ਪੋਜ਼ਟਿਵ 'ਚ ਜਾਂਦੀ ਆ ਅਤੇ ਜਦ ਮਤਲਬ ਹੋਰਨ ਮਾਰਦੇ ਨੈਗਟਿਵ 'ਚ ਆਹ ਦੇ
ਤੇ ਹੋਰਨ ਮਾਰਦੀ ਸਾਰੇ ਬੰਦ ਹੋ ਜਾਂਦਾ ਖੜਾ, ਤੇ ਇਹਦੀ ਬੈਟਰੀ ਲੋ ਆ ਹਲੇ। ਦੋਨੇ ਚੌਕ ਕੋਟ ਪਾ ਲਓ, ਆਹ ਕਹਿ ਰਹੇ ਕੋਟ ਪਾਉਣਾ, ਮਤਲਬ ਕੋਟ ਪਾਉਣੇ ਨੇ ਹੁਣ, ਫਿਰ ਆਪਾਂ ਜਾਵਾਂਗੇ। ਤੇ ਇੱਧਰ ਮਤਲਬ ਤਾਇਆ ਜੀ ਆਪਣੇ ਘੋੜੀ ਤੇ ਆਏ ਨੇ, ਘੋੜੀ ਇਹ ਬੱਕੀ ਤੇ ਆਏ ਨੇ, ਮਿਰਜੇ ਦੀ ਬੱਕੀ ਆ ਇਹ। ਤੇ ਇੱਧਰ ਆਂਟੀ ਤੇ ਟੋਪੀ ਮਤਲਬ ਲਊਗਾ ਵੀਰਾ, ਤੇ ਕੋਟ ਕਾਟ ਪਾ ਕੇ ਚੱਲਦੇ ਆ ਹੁਣ ਅਸੀਂ। ਤੇ ਇੱਧਰ ਮਤਲਬ ਤੁਹਾਨੂੰ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰ ਦਿਓ। ਉੱਥੇ ਰੱਖਿਆ ਹੋਇਆ ਜੀ, ਉੱਥੇ ਰੱਖਿਆ ਸੀ, ਪਤਾ ਨੀ ਕਿਹਨੇ ਰੱਖਿਆ ਸੀ, ਜਾਸੀਨ। ਅੱਛਾ ਉਹ ਅਸੀਂ ਕਤੂਰੇ ਤੋਂ ਇੱਧਰ ਨੂੰ ਨਹੀਂ ਆਂਦਾ। ਅੱਛਾ ਸਮਾਂ ਗਿਆ ਬਲੌਗ ਚੈਨਲ ਤੇ। ਹਾਂ ਮਤਲਬ ਤੇ ਇਹ ਮਾਜਰੀ ਦੀ ਦੇਖ ਲਓ, ਮਾਜਰੀ ਤੱਕ ਮੇਰੀ ਮਿੱਤਰਾਂ ਦੀ ਪਹੁੰਚ ਹੋ ਗਈ ਹੁਣ। ਹੌਲੀ ਹੌਲੀ ਆਪਾਂ ਖੰਨੇ 'ਚ ਪਹੁੰਚ ਕਰਨੀ ਆ ਆਪਣੀ, ਵੀ ਲੋਕ ਕਿਹਾ ਕਰਨਗੇ ਵੀ ਸੁਲੜੇ ਦਾ ਬਲੌਗਰ ਆ। ਤੇ ਹੁਣ ਆਪਾਂ ਚੱਲਦੇ ਹਾਂ ਉੱਥੇ ਵੀਰਾ ਕੋਟ ਪਾ ਕੀ, ਅਤੇ ਵੀਰ ਜੀ ਨੇ ਕੋਟ ਪਾ ਲਿਆ ਇੱਧਰ ਸ਼ੇਰ ਵਾਲਾ, ਅਤੇ ਇੱਧਰ ਆ ਸ਼ੇਰ ਪਿੱਛੇ ਕੀ ਲਿਖਿਆ ਹੋਇਆ, ਕੇਅਰਲੈਸ। ਹਾਂ ਹਾਂ ਹੌਲੀ ਜਾਵਾਂਗੇ ਰਾਜੇ ਵਾਲ। ਹਾਂ ਜੀ ਤੇ ਹੁਣ ਮਿੱਤਰੋ, ਤੇ ਹੁਣ ਆਪਾਂ ਚੱਲੇ ਹਾਂ ਰਾਜੇ ਵਾਲ। ਤੇ ਆਹ ਆਪਣੀ ਟਰਾਂਸਪੋਰਟ ਆ, ਇੱਕ ਆਪਣੀ ਸੌਂਟੀ ਆ ਤੇ ਕਾਹਾ ਹੈ। ਤੇ ਆਹ ਆਪਣੀ ਟਰਾਂਸਪੋਰਟ ਆ, ਇਹ ਸਾਹਮਣੇ ਹੋ ਜਾਣਾ ਜਿੰਮ ਦੇ ਸਾਹਮਣੇ ਹੀ ਆ। ਤੇ ਆਹ ਨਵੀਂ ਖੁੱਲ੍ਹੀ ਆ ਲੀੜੇ AS ਫੈਸ਼ਨ ਪਿੰਕ। ਅਤੇ ਮੋਟਰਸਾਈਕਲ 'ਤੇ ਠੰਡ ਲੱਗ ਰਹੀ ਆ, ਚੱਲ ਇਹਦਾ ਪਰਨਾ ਪੁਰਨਾ, ਇਹਨੇ ਬਾਈ ਨੇ ਟੋਪੀ ਪਾਈ ਹੋਈ, ਅਸੀਂ ਪਰਨਾ ਪੁਰਨਾ ਬੰਨਿਆ ਹੋਇਆ। ਅਤੇ ਆਹ ਮਤਲਬ ਜਿਹੜੀ ਆਹ ਇੱਥੇ ਨਾ ਸਵੀਮਿੰਗ ਪੂਲ ਆ, ਐਨ ਘੈਂਟ ਕੰਮ। ਅਤੇ ਆਹ ਸਾਡਾ ਭੱਠਾ, ਅਤੇ ਇੱਧਰ ਆ ਸਾਡੇ ਬਾਬੇ ਸ਼ਰੀਫ, ਤੁਸੀਂ ਦੇਖਿਆ ਹੋਊਗਾ ਦੀਵਾਲੀ ਬਲੌਗ ਹੁੰਦੇ ਆ। ਅਤੇ ਆਹ ਭੱਠਾ, ਇਹਦਾ ਪਿੰਡ 'ਚ ਅਸੀਂ ਭੱਠੇ ਵਾਲੇ ਵਰਦੇ ਹਾਂ, ਕਿਉਂਕਿ ਜਿਹੜਾ ਇਹ ਭੱਠਾ ਸਾਡੀ ਜ਼ਮੀਨ 'ਤੇ ਸੀਗਾ। ਅਤੇ ਭੱਠੇ ਦੇ ਪਿੱਛੇ ਜਿਹੜੇ 3-4 ਕਮਰੇ ਨੇ ਉਹ ਵੀ ਸਾਡੇ ਹੀ ਸੀਗੇ। ਅਤੇ ਭੱਠਾ ਫਿਰ ਸੇਲਡ ਕਰਤਾ ਸੀਗਾ, ਤਾਂ ਹੁਣ ਵੀ ਜਿਵੇਂ ਪਿੰਡ ਚੱਲ ਪੈ ਜਾਂਦੀ ਆ ਵੀ ਭੱਠੇ ਵਾਲੇ, ਅਸੀਂ ਭੱਠੇ ਵਾਲੀ ਵਰਦੇ ਹਾਂ। ਅਤੇ ਬਾਈ ਜੇ ਤੇਲ ਪੂਰਾ ਹੁੰਦਾ ਨਾ, ਆਹ ਪੰਪ ਤੋਂ ਪਵਾਇਆ ਕਰੋ ਜੇ ਤੁਸੀਂ ਬਰੇਕੋਟਾ ਰੋਡ 'ਤੇ ਜਾਂਦੇ ਹੋ। ਇਹ ਪੰਪ ਅਤੇ ਇੱਕ ਝਿੰਦਰ ਫੇਰੀ ਸਟੇਸ਼ਨ, ਬਾਈ ਇਹਨਾਂ ਦਾ ਪੰਪ ਬਹੁਤ ਵਧੀਆ, ਬਹੁਤ ਤੇਲ ਵਧੀਆ ਇਹਨਾਂ ਦਾ। ਅਤੇ ਮੈਂ ਇਹਨਾਂ ਤੋਂ ਹੀ ਪਾਉਣਾ ਹੁੰਦਾ, ਪੁਰਾਣੇ ਲੋਕ ਦੇਖਿਆ ਹੁੰਦਾ ਜਦੋਂ ਗੋਪੀ ਆਏ ਸੀ ਆਪਣੇ ਨਾਲ ਪੰਪ ਫਾੜ ਕੇ ਆਏ। ਅਤੇ ਆਹ ਧੁੱਪ ਜੀ ਨਿਕਲੂ ਯਾਰ, ਲਸ਼ਕੋਰੇ ਜਿਹੇ ਮਾਰਦੀ ਆ, ਡਰਾਈਵ ਡੋਂਟ ਫਲਾਈ। ਅਤੇ ਆਹ ਮਤਲਬ ਜਿਹੜਾ ਇਹ ਰੋਡ, ਇੱਥੇ ਇੰਨੀ ਜਨਤਾ ਮੋਟਰਸਾਈਕਲ ਤੇਜ਼ ਭਜਾਉਂਦੀ ਆ, ਬਹੁਤ ਮੋਟਰਸਾਈਕਲ ਤੇਜ਼। ਮੈਂ ਤਾਂ ਹੁਣ ਤੁਹਾਨੂੰ ਪਤਾ ਹੀ ਆ, ਮੈਂ ਆਪਣੇ ਚਕੋਹੀ ਚਕਾਹੀ ਹੋ ਕੇ ਜਾਂਦਾ ਹੁੰਦਾ, ਜੇ ਸਕੂਲ ਵੀ ਜਾਣਾ। ਇਹ ਗਰਮੀਆਂ 'ਚ ਜਾਂਦੇ ਸੀਗੇ ਕਿਉਂਕਿ ਕੁਛ ਧੁੰਦ ਵੀ ਹੁੰਦੀ ਆ, ਧੁੰਦ ਕਰਕੇ ਮੇਨ ਰੋਡ ਦਿਖਦਾ ਨਹੀਂ ਗਾ, ਛੋਟੇ ਰੋਡ ਦਿਖ ਜਾਂਦੇ ਨੇ। ਅਤੇ ਹੁਣ ਪਿੰਡ ਆ ਗਿਆ ਇੱਕ, ਆਹ ਆਪਾਂ ਜਿਹੜਾ ਯਾਰ ਟੋਪੀ ਚੱਲ ਮਾਰੀ ਆ, ਹਵਾ ਬਹੁਤ ਚੱਲ ਰਹੀ ਆ। ਅਤੇ ਇੱਧਰ ਆਹ ਵੀ ਜੋ ਸ਼ੇਰ ਵਾਲਾ ਕੋਟ ਪਾਇਆ,
ਹਾਂਜੀ ਮਿੱਤਰੋ ਤੇ ਆ ਇਕੱਠ ਦੇਖੋ ਬਾਈ, ਅਸੀਂ ਪਹੁੰਚ ਗਏ ਹਾਂ ਇੱਧਰ, ਮਤਲਬ ਹਨਾ ਐਨ ਇਕੱਠ ਤੇ। ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਬੁਲਟ ਕਰ ਲਾਉਂਦੇ ਹਾਂ ਇੱਥੇ ਸਾਈਡ 'ਤੇ। ਹਾਂਜੀ ਤੇ ਆ ਜਾਂਦੇ ਪਿੱਧਰ ਭੱਜਦੇ ਤੇ ਉਹ ਜਾਂਦੇ ਨੇ ਭੱਜਦੇ। ਭੁਪਿੰਦਰ ਕੰਧ ਕਾਲਾ ਧਾਲੀਵਾਲ ਦਾ ਕੁੱਤਾ, ਹੈੱਡ ਕੋਚ ਕਾਲਾ, 18 ਨੰਬਰ ਚੋਂ ਜੇਤੂ ਹੈ ਜੀ। ਲਿਆਓ ਜੀ 19 ਨੰਬਰ ਇਸ ਮੈਦਾਨ 'ਚ 20 ਕਰੋ ਜੀ ਤਿਆਰ। ਹਰਵਿੰਦਰ ਦੀਪ ਸਿੰਘ ਵਾਲਾ, ਹਰਦਵਿੰਦਰ ਦੀਪ ਸਿੰਘ ਵਾਲਾ, ਕਰਨਵੀਰ ਨਵਾਂ ਕਿਲਾ, ਹਰਦੀਪ ਪਿੰਡੀ ਬਲੋਚਾ ਦਾ ਕੁੱਤਾ, ਤੋਹਫਾ ਕਾਲ ਡੱਬਾ, ਪਟਾ ਲਾਲ, ਇਹਦਾ ਮੁਕਾਲਾ ਤਕਦੀਰ ਚੱਕ ਭਾਈ ਕਾ, ਜਸਕਾਰ ਨੱਥੋਵਾਲ, ਬੌਸ ਗਰੁੱਪ ਦਾ ਕੁੱਤਾ, ਬਲੈਕ ਬੌਸ ਕਾਲਾ, ਪਟਾ ਸਫੈਦ ਪਾ ਕੇ ਤਿਆਰ ਰੱਖੋ ਜੀ। ਛੱਡੋ ਜੀ 19 ਨੰਬਰ ਚੀਨਾ ਮਾਨਸਾ, ਜਤਿੰਦਰ ਮਾਨ ਦਾ ਕੁੱਤਾ, ਮਿਸਟਰ ਲੀ ਲਾਲ, ਪਟਾ ਲਾਲ, ਇਹਦਾ ਮੁਕਾਲਾ ਗੋਪੀ ਰਾਜੇਵਾਲ, ਰਾਹੁਲ ਪੰਗੂ, ਹਰਪਿੰਦਰ ਕਲੇਰ, ਦੀਪਾ ਢੀਂਸਾ, ਫਾਟ ਗਰੁੱਪ ਕਨੇਡਾ ਦਾ ਕੁੱਤਾ, ਲਵਰੀ ਬੁਆਏ ਕਾਲਾ, ਪਟਾ ਸਫੈਦ ਪਾ ਕੇ ਲਿਆਓ ਜੀ ਮੈਦਾਨ 'ਚ। ਨਾਲ ਹੀ ਧੰਨਵਾਦ ਕਰਦੇ ਹਾਂ ਜੀ ਪੀਰ ਜਗਿੰਦ ਸੰਘੋਵਾਲ ਜਿਨ੍ਹਾਂ ਵੱਲੋਂ ਦੂਜਾ ਨਾਮ ਮੋਟਰਸਾਈਕਲ ਸਪੋਂਸਰ ਹੈ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਾਲ ਹੀ ਧੰਨਵਾਦ ਕਰਦੇ ਸਿੱਧੂ ਤੇ ਸਰਦਾਰ ਗਰੁੱਪ ਜਿਨ੍ਹਾਂ ਵੱਲੋਂ ਤੀਜਾ ਨਾਮ ਮੋਟਰਸਾਈਕਲ ਸਪੋਂਸਰ ਹੈ ਜੀ। ਉਹ ਬਾਈ ਸਾਊਂਡ ਵਾਲੇ ਵੀਰ ਕਿੱਥੇ ਨੇ ਜੀ? ਇਹ ਮਤਲਬ ਅਖਬਾਰ ਦੀ ਜੀ ਮੀਟ ਮੂਟ ਪਾਇਆ ਹੁੰਦਾ ਨਾ ਅਖਬਾਰ 'ਚ। ਹਾਂ ਖੜ ਜਾ, ਅਤੇ ਬਾਈ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰ ਦਿਓ। ਅਤੇ ਰਾਜੇ ਵਾਲੇ ਚੱਲ ਰਹੀ ਹੈ ਇਹ, ਅਤੇ ਕੁੱਤਿਆਂ ਦੀ ਹੈ ਨਾ ਦੌੜ ਚੱਲ ਰਹੀ ਆ, ਕੁੱਤਿਆਂ ਦੀ ਮਤਲਬ ਕੁੱਤੇ ਭਜਾਉਂਦੇ ਨੇ ਇੱਥੇ ਐਨ ਵਧੀਆ ਸ਼ਿਕਾਰੀ ਕੁੱਤੇ। ਉੱਧਰੋਂ ਛੱਡਣਗੇ ਕੁੱਤੇ, ਪਹਿਲਾਂ ਤਾਂ ਉਹ ਦੇ ਇੱਧਰੋਂ ਮਤਲਬ ਹਨਾ ਤਿਆਰ ਅਤੇ ਆਹ ਰੱਸੀ ਪਾਈ ਹੋਈ ਆ ਬਾਈ ਉਹਨਾਂ ਨੇ, ਕੁੱਤਾ ਹੀ ਆ ਨਕਲੀ ਹੈ ਨਾ ਬਣਾਇਆ ਹੋਇਆ। ਉਧਰੋਂ ਕੁੱਤੇ ਛੱਡਣਗੇ ਬਾਈ ਹੋਣੀ ਹੁਣ, ਤੇ ਉਧਰੋਂ ਛੱਡਣਗੇ ਬਾਈ ਹੋਣੀ ਕੁੱਤੇ, ਤੇ ਉਹਦੇ ਉਧਰ ਪਟੇ ਬੁੱਢੇ ਪਾਉਂਦੇ ਨੇ ਤੇ ਉਹ ਛੱਡਤੇ, ਤੇ ਉਹ ਛੱਡਤੇ ਤੇ ਆ ਜਾਂਦੇ ਨੇ। ਚਿੱਟਾ ਬੜਾ ਜੇਤੂ ਆ ਜੀ, ਗੋਪੀ ਰਾਜਾ, ਰਾਹੁਲ ਪੰਗੂ, ਰੁਪਿੰਦਰ ਕਲੇਰ, ਦੀਪਾ ਢੀਂਸਾ, ਰਾਜ ਗਰੁੱਪ ਕਨੇਡਾ ਦਾ ਕੁੱਤਾ, ਲਵਲੀ ਬੁਆਏ, ਇਹ 19 ਨੰਬਰ ਰੇਸ ਚੋਂ ਜੇਤੂ ਆ ਜੀ। ਛੱਡੋ ਜੀ ਹੁਣ 20 ਨੰਬਰ 21 ਨੰਬਰ ਕਰੋ ਜੀ ਤਿਆਰ। ਸ਼ਾਹਿਦ ਖਾਨ, ਮਲੇਰਕੋਟ ਦਾ, ਗੋਰਾ ਸਿੰਘ, ਰਤੀਨੋੜੀ ਦਾ ਕੁੱਤਾ, ਸੁਲਤਾਨ ਦੇ ਪਟਾ ਲਾਲ, ਇਹਨਾਂ ਦਾ ਜਸ਼ਨ ਸਿੰਘ, ਜਗਿੰਦਰ ਨਥਾਣਾ ਕਾਲਾ, ਸ਼ਾਹਪੁਰ ਦਾ ਕੁੱਤਾ, ਬਲੈਕ ਪੈਂਥਰ। ਛੱਡੋ ਜੀ ਹੁਣ 20 ਨੰਬਰ ਹਰਦੀਪ, ਹਰਿੰਦਰ, ਹਰਵਿੰਦਰ, ਦੀਪ ਸਿੰਘ ਵਾਲਾ, ਕਾਲਵੀਰ ਨਵਾਂ ਕਿਲਾ, ਹਰਦੀਪ ਪਿੰਡੀ ਵਾਲੇ ਦਾ ਕੁੱਤਾ, ਤੋਹਫੇ ਦੇ ਪੜਾ ਨਾਮ, ਇਹਦਾ ਮੁਕਾਬਲਾ ਤਕਦੀਰ ਚੱਕ ਭਾਈ ਦਾ, ਜਸਕਾਰ ਨੱਥੋਂ, ਬੌਸ ਗਰੁੱਪ ਦਾ ਕੁੱਤਾ, ਬਲੈਕ ਬੌਸ ਦੇ ਪੜਾ ਸਫੈਦ ਜੀ। ਤੇ ਇੱਧਰੋਂ ਉੱਧਰ ਤੇ ਨਕਲੀ ਕੁੱਤਾ ਹੀ ਆ ਬਾਈ ਉਹਦੇ, ਤੇ ਇੱਧਰ ਆ ਗਿਆ ਡਰੋਨ। ਹਟ ਜਾ ਗਈ
ਪਰਲੀ ਸਾਈਡ ਹਾਂ ਬੁਲਟ ਕੱਢ ਲਾ ਉੱਧਰ ਹੀ ਚੱਲਦੇ ਹਾਂ ਪਹਿਲਾਂ ਆਹ ਰੇਸ ਦੇਖ ਲਈਏ ਅਤੇ ਉੱਧਰੋਂ ਫਿਰ ਚਿੱਟਣ ਲੱਗੇ ਨੇ ਬਾਈ ਹੋਣੀ ਅਤੇ ਉਹ ਛੱਡਤੇ ਅਤੇ ਆਹ ਛੱਡਤੇ ਬਾਈ ਉਹਨਾਂ ਨੇ ਅਤੇ ਉਹ ਜਾਂਦੇ ਨੇ ਐਨ ਛੂਕਦੇ ਚਿੱਟਾ ਜਿੱਤ ਗਿਆ ਲਾਲ ਬੜਾ ਜੇਤੂ ਆ ਜੀ ਹਰਵਿੰਦਰ ਦੀਪ ਸਿੰਘ ਵਾਲਾ ਕੱਲ ਕੱਲ ਵੀ ਨਵਾਂ ਗਿਆ ਹਰਦੀਪ ਪਿੰਡੀ ਮੋਜਾ ਦਾ ਕੁੱਤਾ ਤੋਹਫਾ ਇਹ 20 ਨੰਬਰ ਇਹ ਚੋਂ ਜੇਤੂ ਆ ਛੱਡੋ ਜੀ ਹੁਣ 21 ਨੰਬਰ 22 ਕਰੋ ਜੀ ਤਿਆਰ ਕਾਕਾ ਗੋੜਾ ਰਿੰਦਰ ਸਿੱਧੂ ਗੁਰਪਿੰਦਰ ਗਿੱਲ ਤੇਜੀ ਸਿੱਧੂ ਬਾਬਾ ਗੁਰਪ੍ਰ ਸੂਰਪੁਰ ਇਹਨਾਂ ਦਾ ਕੁੱਤਾ ਬੀ ਏ ਦੇ ਡਿਵੀਜ਼ਨ ਦੇ ਬੜਾ ਲਾਲ ਇਹਨਾਂ ਦਾ ਜਸ਼ਨ ਸਿੰਘ ਆ ਜਗਿੰਦਰ ਥਾਣੇ ਵਾਲਾ ਸ਼ਾਹਪੁਰ ਦਾ ਕੁੱਤਾ ਬਾਹ ਚੌਕ ਛੱਡੋ ਜੀ ਹੁਣ 21 ਨੰਬਰ ਸ਼ਾਹਿਦ ਖਾਨ ਮੇਰਕੋਲਾ ਗੋਰਾ ਸਿੰਘ ਫਰੱਤੀ ਰੋੜੀ ਦਾ ਕੁੱਤਾ ਸੁਲਤਾਨ ਦੇ ਬੜਾ ਲਾਲ ਇਹਦਾ ਮੁਕਾਬਲਾ ਜਸ਼ਨ ਸਿੰਘ ਆ ਜਗਿੰਦਰ ਥਾਣੇ ਵਾਲਾ ਸ਼ਾਹਪੁਰ ਦਾ ਕੁੱਤਾ ਬਲੈਕ ਪੈਂਟਰ ਦੇ ਬੜਾ ਸਫੈਦ ਜੀ ਉਧਰ ਉਹ ਸਾਈਡ ਵੀ ਕੁੱਤੇ ਹੋਣਗੇ ਹਨਾ ਅਤੇ ਬਾਈ ਕੁੱਤਿਆਂ ਦੀ ਰੇਸਾਂ ਨੇ ਅਤੇ ਉਹ ਇੱਕ ਹੋਰ ਛੱਡਤਾ ਬਾਈ ਉਹਨਾਂ ਨੇ ਅਤੇ ਸ਼ਿਕਾਰੀ ਉਹ ਦੇ ਲਾਲ ਪਟਾ ਇਹ ਉਹ ਦੇ ਲਾਲ ਪਟਾ ਜੇ ਤੂੰ ਵਾਰੀ ਸ਼ਾਹਿਦ ਖਾਨ ਮਲੇਰਕੋਟ ਦਾ ਗੋਰਾ ਸੇਖ ਰੱਤੀ ਰੋੜੀ ਇਹਨਾਂ ਦਾ ਕੁੱਤਾ ਸੁਲਤਾਨ ਇਹ 21 ਨੰਬਰ ਰੇਹ ਚੋਂ ਜੇਤੂ ਆ ਛੱਡੋ ਜੀ ਹੁਣ 22 ਨੰਬਰ ਅਤੇ 23 ਕਰੋ ਜੀ ਤਿਆਰ ਢਿੱਡੀ ਹਵਾਲਾ ਜਗਦੀਪ ਸੁਮਨ ਤੀਰਥ ਕਟਾਣਾ ਦਾ ਕੁੱਤਾ ਜਗਾਨਾ ਸਾਹਿਬ ਇਹਦੇ ਬੜਾ ਲਾਲ ਇਹਨਾਂ ਦਾ ਦਵਿੰਦਰ ਜੇੜਪੁਰ ਦੀ ਕੁੱਤੀ ਸੂਸੀ 24 ਨੰਬਰ ਪਰਨੀ ਸਿੰਘ ਹੁੰਦਲ ਜਾਦੂ ਚੱਕਰ ਡਾਲੀ ਬਰਾੜ ਆਸਟ੍ਰੇਲੀਆ ਸਿੰਮੀ ਗਰੇਵਾਲ ਗੋਡ ਗਰੁੱਪ ਦਾ ਕੁੱਤਾ ਜੋਰਜੀ ਨੇ ਬੜਾ ਲਾਲ ਇਹਨਾਂ ਦਾ ਜਸਕਾਰਨ ਚਾਜ ਜੋਤ ਫਤਿਹਪੁਰ ਜੱਟ ਜੱਗਾ ਮਲੀਪੁਰ ਦੀ ਕੁੱਤੀ ਮੈਰੀ ਕੁਈਨ ਛੱਡੋ ਜੀ ਹੁਣ 22 ਨੰਬਰ ਰੇਸ ਬੀ ਐਨ ਡੀ ਦੇ ਪਾਲੋ ਲਾਲ ਪੜਾ ਤੇ ਬਾਚੌੜ ਦੇ ਪਾਲੋ ਜੀ ਚਿੱਟਾ ਪੜਾ ਤੇ ਉਹ ਛੱਡਤੇ ਚਿੱਟਾ ਪਤਾ ਚਿੱਟਾ ਪਟਾ ਹਾਂ ਉਹ ਜਾਂਦਾ ਉਹ ਗਿਆ ਚਿੱਟਾ ਪਟਾ ਜੇਤੂ ਆ ਜੀ ਜਸ਼ਨ ਸਿੰਘ ਜਗਿੰਦਰ ਥਾਣਾ ਕਾਲਾ ਸ਼ਾਹਪੁਰ ਦਾ ਕੁੱਤਾ ਬਾਚ ਆਊਟ ਇਹ 22 ਨੰਬਰ ਇਹ ਚੋਂ ਜੇਤੂ ਆ ਛੱਡੋ ਜੀ ਹੁਣ 23 ਨੰਬਰ 24 ਕਰੋ ਜੀ ਤਿਆਰ ਢਿੱਡੀ ਹਵਾਲਾ ਜਗਦੀਪ ਸਮਾਣਾ ਤੀਰਥ ਚਟਾਵਾ ਦਾ ਕੁੱਤਾ ਜਗਾਨਾ ਸਾਹਿਬ ਆ ਇਹਨੇ ਬੜਾ ਲਾਲ ਇਹਨਾਂ ਦਾ ਦਵਿੰਦਰ ਜੇੜਪੁਰ ਦੀ ਕੁੱਤੀ ਸੂਸੀ 24 ਨੰਬਰ ਤਿਆਰ ਰੱਖਿਆ ਜੀ ਪਰਨੀ ਸਿੰਘ ਹੁੰਦਲ ਜਾਦੂ ਚੱਕਰ ਡਾਲੀ ਆਸਟ੍ਰੇਲੀਆ ਸਿੰਮੀ ਗਰੇਵਾਲ ਗੋਡ ਗਰੁੱਪ ਦਾ ਕੁੱਤਾ ਜੋਰਜੀ ਦੇ ਬੜਾ ਲਾਲ ਇਹਨਾਂ ਦਾ ਜਸਕਾਰ ਜੋ ਫਤਿਹਪੁਰ ਜੱਟਾਂ ਜੱਗਾ ਮਲੀਪੁਰ ਦੀ ਕੁੱਤੀ ਮੈਰੀ ਪ੍ਰਾਈਜ਼ ਕਿਹੜੇ ਕਿਹੜੇ ਨੇ ਆ ਲਿਆ ਜੀ ਹੁਣ ਲਾਲ ਪਟੇ ਦੇ ਜਗਾਨਾ ਸਾਹਿਬ ਆ ਤੇ ਸੂਸੀ ਦੇ ਚਿੱਟਾ ਪਟਾ ਜੀ
ਜੀ ਆਪਾਂ ਟੀਚੇ ਆਉਣ ਤੋਂ ਬਾਅਦ ਜਿਹੜੀ ਰੈਸ ਹੋਵੇਗੀ ਜੀ 60 ਸਾਲ ਤੋਂ ਉਮਰ ਜਿਹੜੇ ਬਜ਼ੁਰਗਾਂ ਦੀ ਹੈਗੀ ਉਹਨਾਂ ਦੀ ਰੇਸ ਕਰਵਾਈ ਜਾਣੀ ਆ ਜਿਹੜੇ ਵੀਰਾਂ ਨੇ ਬਜ਼ੁਰਗਾਂ ਨੇ ਉਸ ਰੇਸ ਦੇ ਵਿੱਚ ਹਿੱਸਾ ਲੈਣਾ ਜੀ ਸਾਡੇ ਕੋਲ ਆਪਣਾ ਨਾਮ ਲਿਖਾ ਦਿਓ ਜੀ ਆਹ ਰੈਸ ਤੋਂ ਬਾਅਦ ਅਗਲਾ ਰੈਸ ਹੋਊਗੀ ਉਹਦੇ ਵਿੱਚ ਬਜ਼ੁਰਗਾਂ ਦੀ 60 ਸਾਲ ਤੋਂ ਵੱਧ ਉਮਰ ਆ ਜੀ ਉਹਨਾਂ ਦੀ ਰੇਸ ਕਰਵਾਈ ਜਾਣੀ ਆ ਲਾਲ ਪਟਾ ਹਾਂ ਲਾਲ ਪਟ ਲਾਲ ਟਿੱਡੀ ਹਵਾਰਾ ਜਗਦੀਪ ਸਮਾਰਾ ਤੀਰ ਕਟਾਵਾਂ ਦਾ ਪੁੱਤਾ ਜਗਾਨਾ ਸਾਹਿਬ ਆ ਇਹ 23 ਨੰਬਰ ਇਹ ਚੋਂ ਜੇਤੂਆ ਲਿਆ ਵੀ ਹੁਣ 24 ਨੰਬਰ 25 ਕਰੋ ਜੀ ਤਿਆਰ ਗੋਪੀ ਰਾਜਾ ਰਾਲ ਪੱਗੂ ਰੁਪਿੰਦਰ ਕਲੇਰ ਦੀਪਾ ਢੀਂਡਸਾ ਫਾਰਮਾ ਪਿੰਡ ਦਾ ਕੁੱਤਾ ਕ੍ਰਿਮੀਨਲ ਮੈਚ ਦੇ ਪੜਾ ਲਾਲ ਇਹਦਾ ਮੁਕਾਬਲਾ ਟਾਈਗਰ ਗਰੁੱਪ ਦਾ ਕੁੱਤਾ ਮਾਈਕ ਚਿੰਦਲੇ ਦੇ ਪੜਾ ਸਫੈਦ ਜੀ 26 ਨੰਬਰ ਬਲਰਾਜ ਬੋਪਾ ਰਾਏ ਰਾਹੁਲ ਪੱਗੂ ਰੁਪਿੰਦਰ ਕਲੇਰ ਦੀਪਾ ਢੀਂਡਸਾ ਫਾਰ ਗਰੁੱਪ ਨਿਊ ਫਿਲਡ ਤੋਂ ਬਟਾਲਾ ਦੀ ਕੁੱਤੀ ਆਦ ਦੇ ਪੜਾ ਲਾਲ ਇਹਦੇ ਨਾਲ ਮਹਿੰਦਰ ਸਿੰਘ ਵੱਡੋ ਤਿੰਦਾ ਚਿੰਦਲਾ ਦਬਾਬਾ ਗਰੁੱਪ ਸਰੀ ਦਾ ਕੁੱਤਾ ਗੌਰ ਗਿਫਟ ਜੀ ਬਹੁਤ ਚੰਗੀ ਰੇਸ ਹੋਵੇਗੀ ਭਰਾ ਜੀ ਛੱਡੋ ਜੀ ਹੁਣ 24 ਨੰਬਰ ਜੀ ਕਿੱਥੋਂ ਆਏ ਹੋ ਬਾਈ ਤੁਸੀਂ ਦੀਪ ਸਿੰਘ ਅੱਛਾ ਹਾਂਜੀ ਦੁਬਾਰਾ ਫੇਰ ਬੇਨਤੀ ਕਰਦੇ ਆ ਜਿਹੜੀ ਅਗਲੀ ਰੈਸ ਦੇ ਵਿੱਚ 60 ਸਾਲ ਤੋਂ ਜੀ ਮਿੱਤਰੋ ਤੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਹਨਾ ਹਾਂਜੀ ਲਓ ਜੀ ਦੋਨੋਂ ਤਰਫਾਂ ਜੀ ਹਾਂਜੀ ਬਾਈ ਦੀਪਾ ਢੀਂਡਸਾ ਜੀ ਮੇਲੇ ਵਾਸਤੇ ਗਰਾਊਂਡ ਤੇ ਗਰਾਊਂਡ ਦੀ ਸੇਵਾ ਕੀਤੀ ਗਈ ਆ ਬਾਈ ਇੱਕ ਮਿੰਟ ਯਾਰ ਇੱਧਰ
ਹਾਂਜੀ ਮਿੱਤਰੋ ਤੇ ਹੁਣ ਆਪਾਂ ਚੱਲੇ ਸਰਦਾਰ ਪਿੰਡਰ ਸਿੰਘ ਜੀ ਰਾਜਾ ਗਿੱਲ ਤੇ ਘਰੇ ਜਾ ਕੇ ਤੁਹਾਨੂੰ ਮਿਲਦੇ ਆ ਸਾਡੇ ਨਾਲ ਚੇਚੇ ਤਾਂ ਹਾਂਜੀ ਮਿੱਤਰੋ ਤੇ ਹੁਣ ਆਪਾਂ ਮਤਲਬ ਖੇਡਾਂ ਦੇਖ ਕੇ ਚੱਲੇ ਹਾਂ ਘਰ ਨੂੰ ਅਤੇ ਜਾਂਦੇ ਹੋਏ ਮੈਂ ਚਲਾ ਰਿਹਾ ਬੁਲਟ ਉਹਦੇ ਹੋਏ ਵੀਰਾ ਚਲਾ ਰਿਹਾ ਅਤੇ ਹੁਣ ਤੁਹਾਨੂੰ ਘਰੇ ਜਾ ਕੇ ਠੰਡ ਬਹੁਤ ਆ ਕਹਿੰਦਾ ਅਤੇ ਜ਼ਿਆਦਾ ਗੇਅਰ ਹੀ ਨਹੀਂ ਪਾਇਆ ਹਲੇ ਅਤੇ ਗੇਅਰ ਪਾ ਕੇ ਮਤਲਬ ਹੁਣ ਆਪਾਂ ਚੱਲਦੇ ਹੁਣ ਘਰ ਨੂੰ ਅਤੇ ਬਾਈ ਬਹੁਤ ਵਧੀਆ ਲੱਗੀ ਸਾਨੂੰ ਅਤੇ ਹਲੇ ਫਾਈਨਲ ਸੈਮੀ ਫਾਈਨਲ ਹੋਣਾ ਸੀਗਾ ਅਤੇ ਫਿਰ ਹਨੇਰਾ ਹੋ ਜਾਣਾ ਅਸੀਂ ਤਾਂ ਕਰਕੇ ਚੱਲੇ ਹਾਂ ਘਰ ਨੂੰ ਅਤੇ ਮਤਲਬ ਹੈਗਾ ਸਾਡਾ ਘਰ 5-6 ਹੋਣਾ ਬਾਈ 5-6 ਕਿਲੋਮੀਟਰ ਆ ਵੀ ਫਿਰ ਹਨੇਰਾ ਵੱਧ ਹੋ ਜਾਂਦਾ ਪਤਾ ਹੀ ਆ ਅਤੇ ਹੁਣ ਆਪਾਂ ਚੱਲਦੇ ਹਾਂ ਘਰ ਅਤੇ ਘਰੇ ਜਾ ਕੇ ਹੋ ਰਿਹਾ ਕੀ ਪੜਦਾ ਪਹਿਲੀ ਵਾਰ ਬੰਨੀਆਂ ਪੱਗ ਅਤੇ ਬਾਈ ਦੇਖੋ ਪੱਗ ਬੜੀ ਘੈਂਟ ਬੰਨੀ ਆ ਦਹਾ ਇੱਧਰ ਨੂੰ ਅਤੇ ਪੱਗ ਬਹੁਤ ਘੈਂਟ ਬੰਨੀ ਆ ਐਨ ਵਧੀਆ ਟਰਾਈ ਆ ਅਤੇ ਹੈ ਨਾ ਐਨ ਘੈਂਟ ਪੱਗ ਬੰਨੀ ਇੱਧਰ ਨੂੰ ਤਾਂ ਦੇਖ ਸਾਲਿਆ ਪੱਗ ਸੋਹਣਾ ਲੱਗਦਾ ਕਮੈਂਟ ਜ਼ਰੂਰ ਦੱਸਿਓ ਅਤੇ ਹੁਣ ਤੁਹਾਨੂੰ ਮਿਲਦੇ ਹਾਂ ਅਸੀਂ ਅਗਲੇ ਵਲੋਗ ਦੇ ਵਿੱਚ ਅਤੇ ਜਦ ਤੱਕ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰ ਦਿਓ ਵਲੋਗ ਨੂੰ ਅਤੇ ਹੁਣ ਪਤਾ ਜੇ ਤੁਹਾਨੂੰ ਆਪਣੇ ਕੁੱਤਿਆਂ ਦੀ ਰੇਸਾਂ ਵਧੀਆ ਲੱਗਿਆ ਹੋਣ ਤਾਂ ਜ਼ਰੂਰ ਦੱਸਿਓ ਲਾਈਕ ਜ਼ਰੂਰ ਕਰਿਓ ਅਤੇ ਤੁਹਾਨੂੰ ਮਿਲਦੇ ਹੁਣ ਅਸੀਂ ਅਗਲੇ ਵਲੋਗ ਦੇ ਵਿੱਚ ਜਦ ਤੱਕ ਟਾਟਾ ਬਾਏ ਬਾਏ।